ਦੀ ਟੀਮ ਅੱਜ ਇਸ ਇਲਾਕੇ 'ਚ ਕੁਛ ਸ਼ੱਕੀ ਵਿਅਕਤੀਆਂ ਦੀ ਫੋਲੋਅਪ ਜਾਂ ਉਹਨਾਂ ਦੀ ਭਾਲ ਦੇ ਲਈ ਇੱਥੇ ਉਹਨਾਂ ਨੇ ਆਪਣੀ ਕੋਈ ਟੀਮ ਛੱਡੀ ਸੀ। ਉਸ ਟੀਮ ਦੇ ਜਿਹੜੇ ਦੋ ਮੈਂਬਰ ਨੇ ਪੁਲਿਸ ਕਰਮਚਾਰੀ ਇੱਕ ਪ੍ਰਾਈਵੇਟ ਗੱਡੀ 'ਚ ਹੈਗੇ ਸੀਗੇ। ਉਸ ਗੱਡੀ ਨੂੰ ਉਹ ਜਿਹੜੇ ਸ਼ੱਕੀ ਵਿਅਕਤੀਆਂ ਦੇ ਕਿਤੇ ਸਪੋਟ ਕਰਕੇ ਉਹਨਾਂ ਨੇ ਇਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਦਾ ਜਿਹੜਾ ਅਸਲਾ ਐਮੂਨੇਸ਼ਨ ਲੁੱਟਣ ਦੀ ਕੋਸ਼ਿਸ਼ ਕੀਤੀ। ਉਹ ਤਿੰਨੇ ਵਿਅਕਤੀਆਂ ਕੋਲ ਵੈਪਨ ਸੀ, ਵੈਪਨ ਦੇ ਆਧਾਰ 'ਤੇ ਉਹਨਾਂ ਨੇ ਉਹਨਾਂ 'ਤੇ ਫਾਇਰਿੰਗ ਕੀਤੀ। ਉਹ ਫਾਇਰਿੰਗ ਦੇ ਰਿਜ਼ਲਟ ਵਿੱਚੋਂ ਇੱਕ ਹੈੱਡ ਕਾਂਸਟੇਬਲ ਰਾਜੂ ਸੀਗਾ ਉਹ ਜ਼ਖਮੀ ਹੋ ਗਿਆ। ਉਹਨਾਂ ਨੇ ਪੁਲਿਸ ਪਾਰਟੀ ਅਤੇ ਬਾਕੀਆਂ 'ਤੇ ਫਾਇਰਿੰਗ ਕੀਤੀ। ਪੁਲਿਸ ਪਾਰਟੀ ਨੇ ਆਪਣੇ ਆਪ ਨੂੰ ਬਚਾਓ ਦੇ ਕਰਨ ਦੇ ਹਿੱਤ ਵਿੱਚ ਉਹਨਾਂ ਨੂੰ ਸਰੈਂਡਰ ਕਰਕੇ ਉਹਨਾਂ ਦੇ ਨਾਲ ਉਹਨਾਂ ਨੂੰ ਅਸਲਾ ਐਮੂਨੇਸ਼ਨ ਆਪਣਾ ਛੱਡਣ ਦੇ ਲਈ ਕਿਹਾ। ਪਰੰਤੂ ਉਹ ਫਿਰ ਵਾਰ ਵਾਰ ਪੁਲਿਸ ਪਾਰਟੀ ਜਿਹੜੇ ਬਾਕੀ ਕਰਮਚਾਰੀ ਸੀ ਇੰਸਪੈਕਟਰ ਜਸਵੀਰ ਸਿੰਘ ਦੀ ਅਗਵਾਈ ਵਿੱਚ ਜਿਹੜੇ ਮੌਕੇ 'ਤੇ ਪਹੁੰਚੇ ਉਹਨਾਂ ਦੇ ਨਾਲ ਉਹਨਾਂ ਦਾ ਇਨਕਾਊਂਟਰ ਹੋਇਆ ਜਿਹਦੇ 'ਚ ਤਿੰਨੇ ਵਿਅਕਤੀ ਇੱਥੋਂ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਹੌਸਪਿਟਲ ਲੈ ਕੇ ਗਏ। ਹੌਸਪਿਟਲ ਲਿਜਾ ਕੇ ਉੱਥੇ ਪਤਾ ਲੱਗਿਆ ਵੀ ਸੰਦੀਪ ਸਿੰਘ ਅਤੇ ਅਨਮੋਲ ਸਿੰਘ ਉਹ ਦੋਨੇ ਜਿਹੜੇ ਮੋਗੇ ਜ਼ਿਲ੍ਹੇ ਦੇ ਸੀਗੇ ਉਹਨਾਂ ਦੀ ਉੱਥੇ ਮੌਕੇ 'ਤੇ ਡੈੱਥ ਹੋ ਗਈ। ਇਹਨਾਂ ਤੀਸਰਾ ਵਿਅਕਤੀ ਹੈ ਜਿਹੜਾ ਗੋਰਾ ਸਿੰਘ ਹੈਗਾ ਉਹ ਵੀ ਮੋਗਾ ਜ਼ਿਲ੍ਹਾ ਡਿਸਟ੍ਰਿਕਟ ਦਾ ਉਹਨੂੰ ਫਰੀਦਕੋਟ ਰੈਫਰ ਕਰ ਦਿੱਤਾ। ਇਹ ਤਿੰਨਾਂ ਵਿਅਕਤੀਆਂ ਕੋਲੋਂ ਤਿੰਨ ਵੈਪਨ ਜਿਹੜੇ ਬਰਾਮਦ ਹੋਏ ਨੇ। ਇਹ ਤਿੰਨਾਂ ਵਿਅਕਤੀਆਂ 'ਚੋਂ ਦੋ ਵਿਅਕਤੀਆਂ ਦੀ ਹੁਣ ਤੱਕ ਕ੍ਰਿਮੀਨਲ ਬੈਕਗਰਾਊਂਡ ਆ ਜਿਹੜੀ ਸਾਹਮਣੇ ਆਈ ਆ, ਜਿਨ੍ਹਾਂ 'ਤੇ NDPS ਦੇ ਪਰਚੇ ਵੀ ਸੀ, ਇਹਨਾਂ ਦੇ ਆਰਮਜ਼ ਐਕਟ ਦੇ ਪਰਚੇ ਵੀ ਸੀ ਅਤੇ ਇਹਨਾਂ ਨੇ 1307 ਦਾ ਇਹਨਾਂ ਦੇ ਅਟੈਂਪਟ ਟੂ ਮਰਡਰ ਦਾ ਪਰਚਾ। ਸਰ ਕਿਹੜੇ ਕਿਹੜੇ ਸੀ ਉਹ ਦੋ ਜਣੇ? ਸੰਦੀਪ ਸਨ ਆਫ ਬਲਜਿੰਦਰ ਸਿੰਘ ਅਤੇ ਅਨਮੋਲ ਸਨ ਆਫ ਦਰਸ਼ਨ ਸਿੰਘ। ਸਰ ਕੋਈ ਨਸ਼ਾ ਵੀ ਬਰਾਮਦ ਕੀਤਾ ਗਿਆ? ਹਾਂਜੀ, ਇਹਨਾਂ ਤੋਂ ਕੁਛ ਜਿਹੜਾ ਹੈਗਾ ਇਹਨਾਂ ਤੋਂ ਨਸ਼ਾ ਇਹਨਾਂ ਦੀ ਗੱਡੀ 'ਚੋਂ ਬਰਾਮਦ ਹੋਇਆ। ਉਹਦੀ ਡਿਟੇਲ ਦਾ ਜਿਹੜੀ ਉਹ ਡਿਟੇਲ ਡਿਫਰੈਂਟ ਤੌਰ 'ਤੇ ਕਰ ਰਹੇ ਨੇ। ਠੀਕ ਹੈ। ਹਥਿਆਰ ਤਿੰਨ ਵੈਪਨ ਬਰਾਮਦ ਹੋਏ ਆ ਜੀ। ਨਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ, ਹੋਪਫੁਲੀ ਨਜਾਇਜ਼ ਵੈਪਨ ਨੇ, ਨਜਾਇਜ਼ ਵੈਪਨ ਆ। ਇਹਨਾਂ 'ਚੋਂ ਇੱਕ ਵਿਅਕਤੀ 'ਤੇ ਆਰਮਜ਼ ਐਕਟ ਦਾ ਦਿੱਲੀ ਪਰਚਾ ਹੋਇਆ ਵਾ ਸੀ ਅਤੇ ਤਿੰਨ NDPS ਦੇ ਪਰਚੇ ਸੀ। ਜਿਹੜਾ ਦੂਸਰਾ ਵਿਅਕਤੀ ਆ ਉਹਦੇ ਦੋ NDPS ਦੇ ਪਰਚੇ ਸੀ, ਇੱਕ ਅਟੈਂਪਟ ਟੂ ਮਰਡਰ ਅਤੇ ਆਰਮਜ਼ ਐਕਟ ਦਾ ਪਰਚਾ ਸੀ। ਉਹ ਇਨਵੈਸਟੀਗੇਸ਼ਨ ਆ, ਉਹ ਬੈਕਵਰਡ ਲਿੰਕੇਜ ਹੋਰ ਆ, ਸਾਰੀ ਡਿਟੇਲ ਦਾ ਜਿਹੜੀ ਵਰਕਆਊਟ ਕਰ ਰਹੇ ਹਾਂ।